ਨਿਵੜ ਲੈਂਦੀ ਆ ਹਾਂ ਤੂੰ ਹੀਟ ਹੀਟਰ ਨਾ ਕਦੀ ਨਿਵੜ ਲਾ ਅੱਛਾ ਭੇਜ ਦਨੇ ਬਹੁਤ ਜ਼ਿਆਦਾ ਲੋੜ ਲਈ ਜਾਂਦੀ ਆ ਹੋਰ ਇਹਦੀ ਸਿਲਫ ਰਗੜ ਲੱਗ ਰਹੀ ਸੀ ਬਹੁਤ ਜ਼ਿਆਦਾ ਜੀ ਆਰਮੇਚਰ ਨੂੰ ਉਹਦਾ ਕਰਕੇ ਖੋਲੀ ਹੈ ਜੀ ਇਹ ਹਾਂਜੀ ਆਰਮੇਚਰ ਨੂੰ ਰਗੜ ਬਹੁਤ ਜ਼ਿਆਦਾ ਲੱਗ ਰਹੀ ਸੀ ਜੀ ਇਹ ਬੋਸ ਆ ਜਿਹੜੇ ਬੋਸ ਵੀ ਵੱਡੇ ਗਏ ਸੀ ਬੋਸ ਵੱਡਣ ਕਾਰਨ ਦੇ ਨਾਲ ਵੀ ਇਹ ਰਗੜ ਲੱਗ ਰਹੀ ਸੀ ਇਹਦੇ ਆ ਮੂਰਲਾ ਬੋਸ ਵੀ ਜਿਹੜਾ ਆਪਾਂ ਨਵਾਂ ਲਾਤਾ ਹੁਣ ਦੇ ਵਿੱਚ ਮਨ ਸਾਰਾ ਪੈਟਰੋਲ ਨਾਲ ਧੋਤਾ ਗਿਆ ਆਪਣਾ ਉਹ ਕੱਲ ਪਾਸੋਂ ਆ ਕੇ ਮੈਨੂੰ ਪਾ ਕਹਿੰਦਾ ਮੈਨੂੰ ਆ ਕਰਦੇ ਆ ਅਸੈਂਬਲ ਕਰੇ ਤੋਂ ਬਾਅਦ ਸਾਰੇ ਮੁੰਡੇ ਨਾਲ ਫਿਰ ਅਸੀਂ ਇਹਦੇ ਚੱਕਰ ਦੇਖਾਂਗੇ ਪੈਟਰੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਨੂੰ ਉਸ ਤੋਂ ਬਾਅਦ ਫਿੱਟ ਕਰਨੀ ਹੈ ਜੀ ਹੁਣ ਅਸੀਂ ਇਹਨੂੰ ਅਸੈਂਬਲ ਕਰਕੇ ਦੋ ਕਾਰਬਨ ਵੀ ਖਰਾਬ ਸੀ ਇਹ ਕਾਰਬਨ ਉਹ ਵੀ ਅਸੀਂ ਨਵੇਂ ਲਾਏ ਅੱਠ ਵਾਲੇ ਕਰੰਟ ਵਾਲੇ ਕਾਰਬਨ ਸਹੀ ਸੀ ਅਸੀਂ ਇਹਦੇ ਪੂਰੇ ਅੱਠ ਵਾਲੇ ਕਾਰਬਨ ਉਹ ਖਰਾਬ ਸੀ ਇੱਕ ਦਿਨ ਕਾਰਬਨ ਬਦਲੇ ਆ ਬਸ ਚੇਂਜ ਕੀਤੇ ਆ ਅਸੀਂ ਫਿੱਟ ਕਰਨ ਲੱਗੇ ਹਾਂ ਕਾਰਬਨ ਵਾਲੇ ਕਸੇ ਹੋਣ ਜੀ ਫਿਰ ਵੀ ਨਹੀਂ ਕਰਨ ਨਾਲ ਚੱਕਰ ਬੰਦ ਨਟਲਾ ਨਟਲਾ